ਤੁਸੀਂ ਇੱਕ ਨਾਂ ਸੁਣਿਆ ਹੋਵੇਗਾ ਭਾਈ ਗੜੀਆ। ਕਸ਼ਮੀਰ ਭੇਜਿਆ ਸੀ ਗੁਰੂ ਹਰਗੋਬਿੰਦ ਸਾਹਿਬ ਪ੍ਰਚਾਰ ਲਈ। ਉੱਥੇ ਮੇਲ ਹੋਇਆ ਸੀ ਸ਼ਾਹ ਦੌਲਾ ਫਕੀਰ ਨਾਲ, ਭਾਈ ਗੜੀਆ ਜੀ। ਤੇ ਭਾਈ ਗੜੀਆ ਜੀ ਨੂੰ ਜੋ ਸੰਗਤਾਂ ਨੇ ਭੇਟਾ ਕਰਨਾ ਨਾ, ਸੰਗਤ ਨੇ ਪਿਆਰ ਨਾ ਦੇਣਾ, ਜੇ ਕਿਧਰੇ ਲੋੜਵੰਦ ਨੇ ਆ ਜਾਣਾ ਨਾ ਵੀ ਮੇਰੀ ਬੇਟੀ ਦੀ ਸ਼ਾਦੀ ਹੈ, ਸਾਡੇ ਪਿੰਡ ਚ ਖੂਹ ਲੱਗਣਾ, ਫਲਾਣਾ ਕੰਮ ਹੋਣਾ, ਉਹਨਾਂ ਨੇ ਨਾਲ ਨਾਲ ਵੰਡੀ ਜਾਣਾ। ਆਖੋ ਸਤਨਾਮ, ਕੋਲ ਨੀ ਰੱਖਣਾ, ਨਾਲ ਨਾਲ ਵੰਡੀ ਜਾਣਾ। ਉਹ ਸ਼ਾਹ ਦੌਲਾ ਫਕੀਰ ਨੇ ਆਖਿਆ ਸੀ ਭਾਈ ਸਾਹਿਬ ਦਾ ਨਾ ਆਪਣਾ ਕੁੜਤਾ ਥੋੜਾ ਘਸਿਆ ਹੋਇਆ, ਫਟਿਆ ਹੋਇਆ, ਭਾਈ ਗੜੀਆ ਜੀ ਦਾ। ਉਹ ਸ਼ਾਹ ਦੌਲਾ ਫਕੀਰ ਕਹਿੰਦਾ ਵੀ ਤੁਹਾਡਾ ਆਪਣਾ ਕੁੜਤਾ ਤੇ ਐਡਾ ਸਾਦਾ ਘਸਿਆ ਪਿਆ, ਜਿਹੜੀ ਸੰਗਤ ਮਾਇਆ ਦਿੰਦੀ ਹੈ, ਤੁਸੀਂ ਆਪ ਪਹਿਲੇ ਸਵਾਓ। ਆਖੋ ਸਤਨਾਮ, ਤੁਸੀਂ ਅੱਗੇ ਵੰਡੀ ਜਾਂਦੇ। ਨੋਟ ਕਰਿਓ, ਇਹ ਬੜੀ ਵੱਡੀ ਦਾਤ ਜੀ ਅੱਜ ਮਿਲ ਜੇ ਤੁਹਾਨੂੰ। ਇੱਕ ਟਾਈਮ ਆ ਜਾਂਦਾ ਬੰਦੇ ਨੂੰ ਦੇ ਕੇ ਖੁਸ਼ੀ ਹੁੰਦੀ ਹੈ, ਆਪਣੇ ਟਰੰਕ ਭਰ ਕੇ ਨਹੀਂ ਖੁਸ਼ੀ ਹੁੰਦੀ। ਇਹ ਸਾਡੇ ਮਾਤਾ ਜੀ ਦਾ ਸੁਭਾਅ 8 ਰਾਈਟਰਾਂ ਨੇ ਲਿਖਿਆ, ਸੰਜਮੀ ਸੁਭਾਅ, ਦੇ ਕੇ ਖੁਸ਼ ਹੋਣਾ, ਵੰਡ ਕੇ। ਉਹ ਸ਼ਾਹ ਦੌਲਾ ਫਕੀਰ ਨੇ ਆਖਿਆ ਵੀ ਤੁਹਾਡਾ ਆਪਣਾ ਕੁੜਤਾ, ਤੇ ਉਹ ਕਹਿਣ ਲੱਗੇ ਕੋਈ ਨਹੀਂ, ਸੰਗਤ ਦੀ ਚੀਜ਼ ਹੈ, ਸੰਗਤ ਦੇ ਲੱਗੇ। ਉਹ ਸ਼ਾਹ ਦੌਲਾ ਫਕੀਰ ਨੇ ਲਿਖਿਆ ਇਤਿਹਾਸ ਕਿ ਰੇਸ਼ਮੀ ਕੁੜਤਾ, ਬੜਾ ਸੋਹਣਾ ਰੇਸ਼ਮੀ ਕੁੜਤਾ ਸਵਾਇਆ ਤੇ ਆਖਿਆ ਵੀ ਤੁਸੀਂ ਮੇਰੇ ਦੋਸਤ ਬਣੇ ਹੋ ਤੇ ਤੁਸੀਂ ਇਹ ਪਾਓ। ਭਾਈ ਸਾਹਿਬ ਨੇ ਪਾ ਲਿਆ, ਭਾਈ ਗੜੀਆ ਜੀ ਨੇ ਐ ਰੇਸ਼ਮੀ ਕੁੜਤਾ ਬੜਾ ਜਚੇ ਪਿਆ। ਕੋਈ ਬੰਦਾ ਆਇਆ, ਉਹ ਕਹਿੰਦਾ ਭਾਈ ਗੜੀਆ ਜੀ ਮੇਰੀ ਬੇਟੀ ਦਾ ਨਾ ਵਿਆਹ ਹੈ, 3 ਦਿਨ ਤੱਕ ਮੇਰੀ ਕੋਈ ਮਦਦ ਕਰੋ। ਉਸ ਵੇਲੇ ਕਹਿੰਦੇ ਕੁਝ ਨਹੀਂ ਸੀ, ਜੋ ਕੁਝ ਸੀ ਉਹ ਵੰਡਿਆ ਗਿਆ ਸੀ। ਭਾਈ ਗੜੀਆ ਜੀ ਕਹਿੰਦੇ ਵੀ ਪੁਰਖਾ ਤੂੰ ਬਹਿ ਜਾ, ਕੋਈ ਆਏਗਾ ਸੰਗਤ ਦਾ ਪ੍ਰੇਮੀ ਸੇਵਾ ਲਿਆਊ, ਅਸੀਂ ਤੇਰੀ ਤੈਨੂੰ ਦੇ ਦਿਆਂਗੇ। ਉਹਨੇ ਕਿਤੇ 4-5 ਘੰਟੇ ਉਡੀਕਿਆ, ਕੋਈ ਆਇਆ ਹੀ ਨਾ। ਉਹ ਫੇਰ ਆ ਗਿਆ ਜੀ, ਕੁੜੀ ਦਾ ਵਿਆਹ ਹੈ ਪਰਸੋਂ, ਤੇ ਕੁਝ ਉਹ ਕਹਿੰਦੇ ਵੀ ਆਇਆ ਹੀ ਕੋਈ ਨੀ, ਹੁਣ ਤੇਰੀ ਕਿਸਮਤ, ਮੈਂ ਕੀ ਕਰਾਂ ਵੀ ਮੈਂ ਇਹਦੇ ਵਿਚੋਲਾ ਹੀ ਆ, ਇਧਰੋਂ ਆਇਆ ਤੇ ਤੈਨੂੰ ਮੈਂ ਕਰ ਦਿਆਂਗਾ। ਉਡੀਕ ਲੈ, ਉਹਨੇ 2-3 ਘੰਟੇ ਫਿਰ ਉਡੀਕਿਆ, ਫਿਰ ਆਇਆ। ਉਹ ਕਹਿੰਦੇ ਕੋਈ ਸੰਗਤ ਦਾ ਪ੍ਰੇਮੀ ਸੇਵਾ ਲਿਆਇਆ ਹੀ ਨੀ। ਉਹ ਕਹਿੰਦੇ ਜੀ ਮੇਰੀ ਤੇ ਫਿਰ ਪਰਸੋਂ ਬੇਟੀ ਦਾ ਵਿਆਹ ਹੈ, ਤੇ ਤੁਸੀਂ ਇੰਜ ਕਰੋ ਫਿਰ ਆਪਣਾ, ਜੇ ਕੋਈ ਵੀ ਨਹੀਂ ਆਇਆ ਤੇ ਚੋਲਾ ਬੜਾ ਵਧੀਆ ਪਾਇਆ ਇਹੋ ਹੀ ਮੈਨੂੰ ਲਾ ਦਿਓ, ਬਈ ਜਿਹੜਾ ਮੈਂ ਬੇਟੀ ਦੇ ਵਿਆਹ ਤੇ ਕੁੜਤਾ ਚੋਲਾ ਸਵਾਣਾ ਨਾ, ਉਹ ਮੇਰਾ ਖਰਚਾ ਬਾਜੂ। ਆਖੋ ਸਾਥ, ਤੇ ਹੁਣ ਵੇਖੋ ਹੈ ਔਖਾ ਹੈ ਕੰਮ, ਅਸੀਂ ਰੀਸ ਨਹੀਂ ਕਰ ਸਕਦੇ, ਸਿਰਫ ਗੱਲ ਦਾ ਇਸ਼ਾਰਾ ਲਇਓ ਦਾਸ ਆਪ ਜੀ ਤਾਂ ਹੀ ਗੁਰੂ ਕੀ ਬੁਲਵਾ ਰਿਹਾ। ਭਾਈ ਗੜੀਆਂ ਜੀ ਨੇ ਇੱਕ ਮਿੰਟ ਨਹੀਂ ਲਾਇਆ, ਉਹ ਕੁੜਤਾ ਰੇਸ਼ਮੀ ਲਾਇਆ, ਉਹਦੀ ਝੋਲੀ ਚ ਪਾ ਤਾ। ਉਹ ਸ਼ਾਹ ਦੌਲਾ ਨੂੰ ਗੁੱਸਾ ਚੜ ਗਿਆ, ਆਖੋ ਸਤਨਾ ਵੀ ਮੈਂ ਐਡੀ ਰੀਝ ਨਾਲ ਦਿੱਤਾ ਤੇ ਇਹਨਾਂ ਅੱਗੋਂ ਦੇ ਦਿੱਤਾ, ਇਹ ਮੇਰੇ ਨਾਲ ਵੀ ਬੀਬੀ ਹੈ ਜੀ, ਆ ਤੁਹਾਡੇ ਚੋਂ ਕਈ ਬੀਬੀਆਂ ਵੀਰ ਬੈਠੇ ਹੁੰਦੇ, ਮੈਨੂੰ ਵੀ ਕਈ ਵਾਰੀ ਕੁੜਤੇ ਪਜਾਮੇ ਦਿੰਦੇ। ਆਖੋ ਸਤਨਾ, ਉਹ ਮੈਂ ਵੀ ਕਈ ਵਾਰੀ ਫਿਰ ਜਦੋਂ ਕਿਸੇ ਨੂੰ ਅੱਗੋਂ ਫੜਾ ਦੇਣਾ, ਨਹੀਂ ਨਹੀਂ ਭਾਈ ਸਾਹਿਬ ਅਸੀਂ ਤੇ ਤੁਹਾਨੂੰ ਦਿੱਤਾ ਸੀ। ਆਖੋ ਸਾਥ, ਤੁਸੀਂ ਗਾਹ ਕਿਉਂ ਦੇ ਦਿੱਤਾ ਉਹਨੂੰ, ਕਿਉਂ ਸੁਣ ਲਓ ਗੱਲ ਧਿਆਨ ਆ ਜਾ। ਉਹ ਸ਼ਾਹ ਦੌਲਾ ਨੇ ਵੀ ਗੁੱਸਾ ਕਰ ਲਿਆ ਵੀ ਐਡਾ ਸੋਹਣਾ ਮੈਂ ਰੇਸ਼ਮੀ ਚੋਲਾ ਤੁਹਾਡੇ ਲਈ ਕੁੜਤਾ ਜਿਹੜਾ ਸਵਾਇਆ ਤੁਸੀਂ ਉਹਨੂੰ ਦੇ ਦਿੱਤਾ, ਮੈਨੂੰ ਇਹ ਗੱਲ ਦਾ ਗੁੱਸਾ, ਤੁਸੀਂ ਗਾਹ ਕਿਉਂ ਦੇ ਦਿੱਤਾ। ਭਾਈ ਗੜੀਆ ਜੀ ਕਹਿੰਦੇ ਸ਼ਾਹ ਦੌਲਾ ਜੀ ਠੰਡੇ ਹੋਵੋ, ਠੰਡੇ ਹੋਵੋ, ਪਹਿਲੇ ਠੰਡੇ ਹੋਵੋ, ਹੋ ਗਏ ਹੋ, ਦੱਸੋ ਮੈਂ ਐਡੇ ਰੀਝ ਨਾਲ ਤੁਹਾਨੂੰ ਕੋਈ ਚੀਜ਼ ਦਿੱਤੀ, ਤੁਸੀਂ ਗਾਂ ਦੇ ਦਿੱਤੀ। ਤੇ ਸ਼ਾਹ ਦੌਲਾ ਕਹਿੰਦੇ ਮੈਂ ਤੁਹਾਡਾ ਭਲਾ ਕੀਤਾ। ਉਹ ਕਹਿੰਦਾ ਇਹਦੇ ਚ ਕੀ ਭਲਾ ਵੀ ਇੱਕ ਬੰਦਾ ਐਡੀ ਖੁਸ਼ੀ ਨਾਲ ਚੀਜ਼ ਦੇਵੇ, ਤੁਸੀਂ ਅੱਗੋਂ ਦੇ ਦਿਓ। ਉਹ ਕਹਿੰਦੇ ਮੈਂ ਤੇਰਾ ਭਲਾ ਕੀਤਾ, ਤੈਨੂੰ ਡਬਲ ਖੁਸ਼ੀ ਝੋਲੀ ਚ ਪਾਈ। ਆਖੋ ਸਾਧਨਾ, ਕਹਿੰਦਾ ਜੀ ਉਹ ਡਬਲ ਖੁਸ਼ੀ ਕਿਵੇਂ? ਭਾਈ ਗੜੀਆ ਕਹਿੰਦੇ ਤੂੰ ਮੈਨੂੰ ਕੁੜਤਾ ਦਿੱਤਾ, ਮੇਰੀ ਖੁਸ਼ੀ ਤੈਨੂੰ ਮਿਲੀ, ਤੇਰਾ ਕੁੜਤਾ ਮੈਂ ਅੱਗੋਂ ਲੋੜਵੰਦ ਨੂੰ ਦਿੱਤਾ, ਉਹਦੀ ਖੁਸ਼ੀ ਵੀ ਤੈਨੂੰ ਮਿਲੀ, ਤੈਨੂੰ ਡਬਲ ਖੁਸ਼ੀ ਦਿੱਤੀ।
तेनू मैं डबल खुशी दी। गज के आखो सतनाम, डबल खुशी दी। सिर्फ गल नू समझियो, इनू कहिंदे ने संजमी सुभा। आखो सतनाम। दिल्ली वालिओ तुसी किहदियां धीआं जे, जे तुहानू कोई पुछे ते कहो गियां ना गुरु तेग बहादुर जी दीआं। तुसी किहदे पुत्तर हो, तुहानू कोई पुछे कहोगे ना गुरु तेग बहादुर जी दे, जिहड़े तुहाडे दिल्ली विच उहनां दे अज इतिहासक स्थानां तों झोलियां भरदीआं, करम मिटदे आ माड़े। ਉਹ ਤੁਹਾਡਾ ਪਿਓ ਕੀ ਸੁਭਾਅ ਦਾ ਸੀ ਤੁਹਾਨੂੰ ਪਤਾ ਹੀ ਹੈ। ਕੀਮਤੀ ਤੋਂ ਕੀਮਤੀ ਕੱਪੜਾ ਮਾਤਾ ਨਾਨਕੀ, ਪਿਤਾ ਜੀ ਦੇ ਮਾਤਾ ਜੀ, ਮਹਿਲ ਸੀ ਮਾਤਾ ਗੁਜਰੀ ਜੀ, ਤੇ ਉਦੋਂ ਅਜੇ ਸ਼ਾਦੀ ਨਹੀਂ ਸੀ, ਤੇ ਮਾਤਾ ਨਾਨਕੀ ਜੀ ਨੇ ਜਿਹੜੀ ਕੀਮਤੀ ਲੋਈ ਦੇਣੀ, ਕੀਮਤੀ ਕੱਪੜਾ ਦੇਣਾ, ਤੇ ਜਦੋਂ ਕਿਸੇ ਲੋੜਵੰਦ ਨੂੰ ਵੇਖਣਾ ਤੇ ਉਹਨੂੰ ਦੇ ਆਉਣਾ, ਉਹਨੂੰ ਦੇ ਆਉਣਾ। ਮਾਤਾ ਨੇ ਕਹਿਣਾ ਐਡੀ ਕੀਮਤੀ ਲੋਈ ਅੱਗੋਂ ਦੇ ਦਿੱਤੀ। ਗੁਰੂ ਤੇਗ ਬਹਾਦਰ ਜੀ ਨੇ ਕਹਿਣਾ ਮਾਤਾ ਮੇਰੇ ਤੋਂ ਜ਼ਿਆਦਾ ਉਹਨੂੰ ਲੋੜ ਸੀ। ਆਖੋ ਸਤਨਾਮ। ਸੰਜਮੀ ਸੁਭਾਅ। ਇਹ ਜਿੰਨੀਆਂ ਭੈਣਾਂ ਬੈਠੀਆਂ ਜੇ, ਮੇਰੇ ਵੀਰ ਬੈਠੇ ਜੇ, ਮੇਰੇ ਖਿਆਲ ਵਿੱਚ ਇਸ਼ਾਰਾ ਆਪ ਜੀ ਸਮਝ ਗਏ ਹੋਵੋਗੇ ਕਿ ਅਸੀਂ ਵੀ ਆਪਣੇ ਘਰਾਂ ਵਿੱਚ ਸੰਜਮ ਲਿਆਈਏ। ਆਖੋ ਸਤਨਾਮ। ਸੰਜਮੀ ਸੁਭਾਅ ਬਣਾਈਏ। ਮਾਤਾ ਜੀ ਦਾ ਸੁਭਾਅ ਦਾ ਪਹਿਲਾ ਗੁਣ ਲਿਖਿਆ ਸੰਜਮੀ ਸੁਭਾਅ। ਹੁਣ ਤੁਹਾਨੂੰ ਗੱਲ ਸੁਣ ਕੇ ਹੈਰਾਨਗੀ ਹੋਊਗੀ, ਪੰਜ ਗੁਣ ਨੇ, ਬਸ ਮੈਂ ਦੋ ਦੋ ਮਿੰਟ ਚ ਬੋਲਣੇ ਫਿਰ ਸਮਾਪਤੀ। ਇਹ ਅਸਲੀ ਬਲਿਆਰ ਜਾਣਾ ਤੁਹਾਡਾ। ਅੱਜ ਤੋਂ ਬਾਅਦ ਐ ਫੈਸਲਾ ਕਰ ਲਓ ਬੀਬੀ, ਉਹ ਜਿਹੜੀ ਭੈਣ ਦੇ ਘਰ ਮਾਰ ਲਓ, ਇੱਥੇ ਬੈਠੇ ਬੈਠੇ ਨਿਗਾਹ ਟਰੰਕ ਟਰੁੰਕਾਂ ਚ, ਜੇ 100-150 ਸੂਟ ਹੈ ਤੇ ਕੱਲ 50 ਕੁ ਰੱਖ ਲਓ ਜਾਂ 25-30 ਰੱਖ ਲਓ। ਬਾਕੀ ਐ ਜਿਹੜਾ ਵੀ ਹੁਣ ਇਹਨੇ ਕੇਂਦਰ ਖੋਲਿਆ ਅੱਜ, ਜਿਹੜਾ ਇੱਥੇ ਅੱਜ ਜਿਹੜਾ 9 ਬੀਬੀਆਂ ਕਹਿ ਰਿਹਾ, ਇਹਨੂੰ ਮੈਂ ਬੇਨਤੀ ਕਰੂੰਗਾ 0 ਨਾਲ ਲਾ ਲੈ। ਆਖੋ ਸਾਧਨਾ ਬਈ, ਇਹ ਚੱਲ ਰਿਹਾ ਈਸਟ ਆਫ ਕਲਾਸ, ਜਿਹੜਾ ਮਾਤਾ ਸਾਹਿਬ ਕੌਰ ਸੀਸ ਭਲਾਈ ਕਹਿੰਦਾ, ਜਿਹੜੇ ਭੈਣ ਜੀ ਨੂੰ ਦਾਸ ਨੇ ਸਟੇਜ ਤੇ ਲਿਆਂਦਾ, ਜਸਵਿੰਦਰ ਕੌਰ ਇਹਨਾਂ ਦੇ ਨਾਲ ਸਾਰੇ ਮੈਂਬਰ ਆਏ ਹੋਏ ਨੇ, ਉਹ ਵੀ ਉਹਨਾਂ ਦੀ ਸੀਸ ਨਾਲ ਹੀ ਚੱਲ ਰਿਹਾ। ਉੱਥੇ ਫਿਰ 100-125 ਬੀਬੀਆਂ ਈਸਟ ਆਫ ਕਲਾਸ ਚੱਲ ਰਿਹਾ। ਇਹਨਾਂ ਨੇ ਫਿਰ ਪਿਆਰ ਨਾਲ ਉਹਦਾ ਯੂਨਿਟ, ਇਹਦਾ 2 ਨੰਬਰ ਯੂਨਿਟ ਮਾਤਾ ਸਾਹਿਬ ਕੌਰ ਸੀਸ ਭਲਾਈ ਕੇਂਦਰ ਦਾ ਇੱਥੇ ਖੋਲਿਆ। ਤੇ ਇਹ ਤੁਹਾਨੂੰ ਇੱਕ ਪੈਸੇਜ ਮਿਲ ਗਿਆ, ਜਿੰਨੀਆਂ ਮੇਰੀਆਂ ਭੈਣਾਂ ਬੈਠੀਆਂ ਜੀ ਨਾ, ਵੀ ਮੈਂ ਬਾਬਾ ਯੂਰੀ ਚ ਕਹਿ ਰਿਹਾ ਕਿ ਤੁਹਾਡੇ ਲਈ ਕੋਈ ਸਾਲ ਪਾਇਆ ਸੂਟ ਵੀ ਭਾਵੇਂ ਕੋਈ ਅਹਿਮੀਅਤ ਨਾ ਰੱਖਦਾ ਹੋਵੇ, ਪਰ ਉਹਨਾਂ ਨੂੰ ਪੁੱਛੋ ਜਾ ਕੇ ਕੀ ਭਾਅ ਬੀਤਦੀ ਹੈ, ਜਿਨ੍ਹਾਂ ਦੇ ਘਰ ਦੀ ਮਸਾਂ ਰੋਟੀ ਚੱਲਦੀ ਹੈ। ਇਸ ਕੰਮ ਲਈ ਸਾਧ ਸੰਗਤ ਸਾਈਡ ਪੈਸਾ ਹੈ ਹੀ ਕੋਈ ਨਹੀਂ, ਕੁਝ ਹੈ ਹੀ ਨਹੀਂ। ਇਹ ਮਾਤਾ ਜੀ ਦੇ ਸੰਜਮੀ ਸੁਭਾਅ ਚੋਂ ਉਹ ਸੰਜਮ ਅੱਜ ਝੋਲੀ ਚ ਪਵਾ ਕੇ ਲਿਜਾਣਾ, ਲੈ ਕੇ ਜਾਣਾ, ਜੈ ਕਹਿ ਦੇਵੇ ਲੋੜਵੰਦ ਨੂੰ ਦੇ, ਉਹਦੀ ਪਰਮੇਸ਼ਰ ਦੀ ਖੁਸ਼ੀ। 2 ਭਾਂਡੇ ਘਰ ਆ ਜਾਣ, ਮੈਂ ਇਹਨੂੰ ਉਹਨੂੰ ਦੇ ਦਿਆਂ, ਬਰਤਨ ਆ ਜਾਣ। ਦੂਜੇ ਪਾਸੇ ਸੰਜਮੀ ਸੁਭਾਅ। ਤੇ ਹੁਣ ਇੱਕ ਹੋਰ ਨੋਟ ਕਰਿਓ ਵੀਰੋ, ਤੁਸੀਂ ਵੀ ਭੈਣੋ, ਮਾਤਾ ਜੀ ਦਾ ਦੂਜਾ ਸੁਭਾਅ ਲਿਖਿਆ ਮਾਤਾ ਸਾਹਿਬ ਕੌਰ ਜੀ ਦਾ ਰਾਈਟਰਾਂ ਨੇ, ਮੈਨੂੰ ਲਫ਼ਜ਼ ਉਹ ਬੋਲਣੇ ਪੈ ਰਹੇ ਹੈ, ਤੁਸੀਂ ਲੈਣਾ। ਹੰਸੂ ਹੰਸੂ ਚਿਹਰਾ। ਆਖੋ ਸਤਨਾਮ। ਇਹ ਵੀ ਬੜਾ ਵੱਡਾ ਗੁਣ ਜੇ, ਹੰਸੂ ਹੰਸੂ ਚਿਹਰਾ। ਮਾਤਾ ਜੀ ਦਾ ਸੁਭਾਅ ਲਿਖਿਆ ਰਾਈਟਰਾਂ ਨੇ, 8 ਰਾਈਟਰਾਂ ਨੇ, ਕਿ ਚਿਹਰੇ ਤੇ ਹਸਮੁਖੜਾ ਪਨ ਇਹੋ ਜਿਹਾ ਸੀ, ਕੋਈ ਕਲਪਿਆ ਵੀ ਆ ਜਾਵੇ ਉਹਨਾਂ ਦਾ ਚਿਹਰਾ ਹਸਮੁਖੜਾ ਵੇਖ ਕੇ, ਉਹਨੂੰ ਵੀ ਸਾਧ ਸੰਗਤ ਜੀ ਆਪਣੀ ਕਲਪਨਾ ਭੁੱਲ ਜਾਂਦੀ ਸੀ। ਆਖੋ ਸਤਨਾਮ। ਆ ਕਿਰਪਾ ਹੀ ਰੱਖਿਓ, ਮੈਂ ਇਸ਼ਾਰਾ ਜਿਹਾ ਹੀ ਦੇਣਾ ਭੈਣਾਂ ਨੂੰ, ਕਿਤੇ ਗੁੱਸਾ ਨਾ ਕਰ ਲੈਣ। ਇੱਕ ਹੁੰਦਾ ਵੱਟਿਆ ਵੱਟਿਆ ਸੁਭਾਅ। ਆਖੋ ਸਤਨਾਮ। ਉਹ ਨਾ ਰੱਖਿਆ ਕਰੋ, ਉਹ ਨਹੀਂ ਰੱਖਣਾ ਗੁੱਸੇ ਵਾਲਾ ਸੁਭਾਅ। ਵੱਟ ਪਏ ਰਹਿਣੇ ਮੱਥੇ ਤੇ, ਜੇ ਅੱਜ ਧੀਆਂ ਬਣੀਆਂ ਜੇ ਨਾ, ਬਣ ਕੇ ਵੇਖੋ ਧੀ ਵਰਤਦੇ ਜੇ। ਮਾਤਾ ਸਾਹਿਬ ਉਹਨੂੰ ਬਹੁਤ ਪਿਆਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਇੱਥੋਂ ਤੱਕ ਲਿਖੇ ਸੂਰਜ ਪ੍ਰਕਾਸ਼, ਲੈ ਹੁਣ ਪੁੱਤਰ ਖਾਲਸਾ ਤੇਰੋ ਭਇਓ। ਜਿਵੇਂ ਖਾਲਸਾ ਪੁੱਤਰ ਤੇਰੀ ਝੋਲੀ ਚ ਪਾਨਾ, ਲੈ
हुण पुत्र खालसा तेरो भयो गोद पए हम तोए को दयो। आखो सतनाम एडा प्यारा खालसा पुत्र मैं तेरी झोली च पाना, एडा प्यार चाबियां जे माता जी को चाबियां। हुण दिल दीआं गल्लां करनियां नहीं चाहीदियां, जदों दास नूं वी कोई बहुती इस तरह परेशानी फिर माता जी नूं कहीदा माता जी चिट्ठी भेज दिओ कलगी वाले नूं, हुण ज्यादा ही कम हो गया। आखो सतनाम ते करवा भी देंदे मिंटो मिंटी वरतदे भी है, फिर मैं प्रतक वेखदा भी तुसीं अभेद हो गए हो। आखो सतनाम ये जड़ियां रूहां ने ना शहीद सिंह होए जां ये रूहां माता जी होए, इन्नी बंदगी कीती है कि अभेद हो गई ने। वो फिर अभेद होने नाल परमेश्वर भी भेद है, ये भी परमेश्वर च भेद ने। हुण ये गल्लां करनियां नहीं चाहीदियां पर इशारा ही लै लिया। ये माता जी दे सुभा दा दूजा गुण हंसू हंसू चेहरा। आखो सतनाम ये बड़ा वड्डा गुण है, लोड़ है, तख लोड़ है। मथे वट पए रहने कुटिया सुभा, मतलब पुछो ही कुछ ना, घर विच कोई ना कोई कल्पना पाई रखनी, कोई ना कुछ इस तरह का प्रॉब्लम घर च पैदा करी रखनी, वह सिखी नहीं है। भावे तुसी कोई नूह हो तो भावे धी हो तो भावे सस हो तो भावे ननाण हो तो भावे दराणी हो तो भावे जठाणी हो, अज माता साहब कौर का गुण इथों लै जो। हंसू हंसू चेहरा, जे सस नूं भी मिलना हस के, सस ने नूह नूं मिलना हस के, मैं कहना वो घर सास संग सचखंड बन जाता, वो घर स्वर्ग बन जाता जिथे आ चीजा आ जाए। आखो सतनाम जिथे आ बातें आ जाए। हुण सौरा आया पति आया है, एक गिलास है पानी का, बस हुण नूह ने वो पानी का गिलास ही लैके आंदा भी पापा पानी पियोगे, पी लो आप। हुण प्यास लगी नहीं लगी वो एक अलग मसला है। इन्ना क हस के ही पुछ लिया साध संगत, मैं कहना वो घर तुहानू स्वर्ग नजर आणगे। आखो सतनाम जिथे घुटिया घुटिया सुभा, पिता आएगा किथे बैठी है, सस कहेगी वो तो अपने कमरे चो निकली नहीं तीन घंटे हो गए, फलानी गल हो गई। आखो सतनाम मैं इशारा ही देना तुसीं समझ लैना, इहदे विच बाकी माई धिरां भी चौड़ियां ना हो जाण, ससां भी अपनी जगह। आखो सतनाम वह भी प्यार वंडो हंसू हंसू चेहरा। यह मैं की सवाद दसा, किसी की डैथ हुई सी, किसी की डैथ हुई सी साढ़े उत्थे अमृतसर इलाका रणजीत एवेन्यू, वो शरीर पिया होया है जिदी डैथ हुई है। मैं अफसोस करन गया, संस्कार वेले टाइम नहीं सी, कीर्तन दे बैणा सी सी किधरे, ते उस तो पहले मैं ते मैं 15-20 शरीर बैठे, तो वो जिदी डैथ हुई सी ना उहदियां दो बेटियां बाहरों आई हैं बाहरले मुल्क तो, वो दो बेटियां अंदर एंटर ही हुई हैं, अंदर एंटर ते सात संगत जितने 15-20 बैठे है ना, वो 15-20 नूं वो दोवें बेटियां आप जी ठीक हो, आप जी ठीक हो, आप जी ठीक हो, आप जी इतना। मैं उन्होंने वाल वेख के कहा, मैं क्या साडे कई एहोजे शरीर जेडे नजर आते ने बड़े धार्मिक पर मन इन्ना सड़िया हुंदा, मैं क्या बच्चिया भावे इन्नी बंदगी नहीं पर आ गुण जेड़ा इंज हसू हसू सब नू मिली है कि बंदा कहंदा वाके ही आंदिया ही सात संगत जिवे खुशबू खलारती। आखो सतना ये साडे माता जी का यह सुभा सी हंसू हंसू चेहरा। यह चीजा घर च लियाओ, मैं कहना तुहाडे घरां दी काया पलट जाऊगी। पहला संजमी माता जी का सुभा, दूजा गुण लिखे है हंसू हंसू चेहरा, ते तीजा गुण लिखे है माता साहिब कौर जी दे सुभा दा मिलापड़ा सुभा। आखो सतनाम मिलापड़ा, हर कनाल मिलापड़ा सुभा कह दो गज के सतना, की स्वाद दसा है, की आनंद दसा। मैं गुरु की दूरी इन्ना इशारा देंगा, जिदा सुभा मिलापड़ा है ना साध संगत, ओ कईयां दी कल्पना नू खत्म करके शांति दे देता है, कईयां दी कल्पना नू मिलापड़ा सुभा। ज्यादा कंधा नहीं पानिया, इन्हें आ क्या है बस हूं इन मैच तो बाद फोन नहीं करना। आखो सतनाम बह गई कंध, इन्हें आ बोलता है
ਹੁਣ ਅੱਜ ਤੋਂ ਬਾਅਦ ਮੈਂ ਬਸ ਇਹਦੇ ਘਰ ਜਾਣਾ ਹੀ ਨਹੀਂ। ਪੈ ਗਈ ਕੰਧ, ਤੁਸੀਂ ਬੱਚੀਆਂ ਜੇ ਮਾਤਾ ਸਾਹਿਬ ਕੌਰ ਦੀਆਂ, ਅਸੀਂ ਕੰਧਾਂ ਪਾਉਣੀਆਂ ਨਹੀਂ, ਕੰਧਾਂ ਟਾਉਣੀਆਂ ਨੇ। ਆਖੋ ਸਤਨਾਮ, ਟਾਉਣੀਆਂ ਨੇ ਵੀਰ ਵੀ ਭੈਣਾਂ ਵੀ, ਕੰਧਾਂ ਪਾਉਣੀਆਂ ਨੇ, ਟਾਉਣੀਆਂ ਨੇ। ਇਹ ਮਾਤਾ ਜੀ ਦਾ ਸੁਭਾਅ ਸੀ। ਤੀਜਾ ਗੁਣ ਮਿਲਾਪੜਾ ਸੁਭਾਅ। ਮਾਤਾ ਸਾਹਿਬ ਕੌਰ ਜੀ ਦੇ ਸੁਭਾਅ ਦਾ ਚੌਥਾ ਗੁਣ, ਠੰਡ ਪੈ ਗਈ ਪੜ ਕੇ, ਖੇਮਾ ਵਾਲਾ ਸੁਭਾਅ। ਕਹਿ ਦਿਓ ਗੱਜ ਕੇ ਸਤਨਾਮ। ਬੁਰੇ ਨਾਲ ਸਭ ਬੁਰੀ ਕਰੇਂਦੇ, ਮਾਫ ਕਰਨ ਕਈ ਸਿਆਣੇ, ਬੁਰੇ ਨਾਲ ਵੀ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਗੱਜ ਕੇ ਆਖੋ ਸਤਨਾਮ। ਖੇਮਾ, ਜਹਾਂ ਗਿਆਨ ਤੈਂ ਧਰਮ ਹੈ, ਜਹਾਂ ਝੂਠ ਤੈਂ ਪਾਪ। ਤੇ ਇਹ ਪੰਕਤੀ ਦੇ ਖੀਰਲੇ ਲਫ਼ਜ਼ ਨੇ, ਜਹਾਂ ਖਿਮਾ ਤੈਂ ਆਪ। ਆਖੋ ਸਤਨਾਮ। ਵੀ ਜਿੱਥੇ ਖਿਮਾ ਹੋਏਗੀ ਉੱਥੇ ਰੱਬ ਆਪ ਹੋਏਗਾ। ਗੱਜ ਕੇ ਆਖੋ ਸਤਨਾਮ। ਉੱਥੇ ਪਰਮੇਸ਼ਰ ਆਪ ਹੋਏਗਾ। ਇਹ ਲਿਆਓ, ਕਿਸੇ ਨੂੰ ਖਿਮਾ ਕਰਨਾ ਆ ਸਿੱਖੀ ਹੈ। ਮੈਨੂੰ ਕਹਿਣ ਦੇਣਾ, ਕਿਉਂਕਿ ਛੇਵੇਂ ਪਾਤਸ਼ਾਹ ਨੇ ਬੋਲਿਆ ਸੂਰਜ ਪ੍ਰਕਾਸ਼। ਸੂਰਜ ਪ੍ਰਕਾਸ਼ ਉਹ ਦੋ ਸਿੱਖਾਂ ਦੇ ਨਾਂ ਨੇ ਜੀ, ਇਹ ਬਦਲੀ ਸੋਢੀ ਤੇ ਸੇਠ ਗੋਪਾਲ। ਇਹ ਨਾਂ ਆਏ ਨੇ ਦੋ ਸਿੱਖਾਂ ਦੇ, ਸੂਰਜ ਪ੍ਰਕਾਸ਼। ਉਹ ਛੇਵੇਂ ਪਾਤਸ਼ਾਹ ਨੂੰ ਪਤਾ ਕੀ ਕਹਿੰਦੇ ਦੋਵੇਂ ਸਿੱਖ? ਕਹਿੰਦੇ ਮਹਾਰਾਜ, ਇਹ ਇੱਕ ਬੇਨਤੀ ਕਰਨੀ ਹੈ। ਸਤਿਗੁਰੂ ਕਹਿੰਦੇ ਦੱਸੋ। ਕਹਿੰਦੇ ਮਹਾਰਾਜ ਬਈ ਅਸੀਂ ਤੁਹਾਡੇ ਕੋਲ ਸੇਵਕ ਹਾਂ। ਮਹਾਰਾਜ ਕਹਿੰਦੇ ਹਾਂ। ਕਹਿੰਦੇ ਕਈ ਵਾਰੀ ਇੰਜ ਹੁੰਦਾ, ਦੂਜਾ ਸੇਵਕ ਅੱਗੇ ਆਉਣ ਦੀ ਕੋਸ਼ਿਸ਼ ਕਰਦਾ ਵੀ ਇਹ ਪਿੱਛੇ ਹੋ ਜੇ। ਆਖੋ ਸਤਨਾਮ। ਮੈਂ ਅੱਗੇ ਆ ਜਾ, ਇਹ ਪਿੱਛੇ ਹੋ ਜੇ, ਧੱਕਾ ਜਾਂਦਾ। ਮੇਰਾ ਇਸ਼ਾਰਾ ਸਮਝ ਲੈਣਾ। ਜਾਂ ਮਹਾਰਾਜ ਸੱਚੇ ਪਾਤਸ਼ਾਹ ਬਈ ਕਿਸੇ ਵੇਲੇ ਇੰਜ ਸਿੱਖਾਂ ਵਿੱਚ ਇਹ ਚੀਜ਼ ਆ ਜੇ, ਕੋਈ ਬੰਦਾ ਸਾਨੂੰ ਪਿੱਛੇ ਕਰੇ ਆਪ ਅੱਗੇ ਹੋਵੇ, ਸਾਨੂੰ ਪਿੱਛੇ ਕਰਦੇ ਆਪ ਅੱਗੇ ਹੋਣ ਦਾ ਯਤਨ ਕਰੇ। ਮਹਾਰਾਜ ਉਹਦੇ ਨਾਲ ਕਿਵੇਂ ਵਰਤੀਏ? ਕਮਾਲ ਕਰਤੀ। ਮੈਂ ਕਹਿੰਦਾ ਅੱਜ ਤੁਸੀਂ ਹੈਰਾਨ ਹੋ ਜਾਓਗੇ ਸਿੱਖੀ ਕੀ ਹੈ। ਇਹ ਤੁਹਾਡੇ ਨਾਲ ਵੀਹ ਦੀ ਕਈ ਵਾਰੀ, ਕਈ ਬੰਦੇ ਤੁਹਾਨੂੰ ਪਿੱਛੇ ਕਰਕੇ ਆਪ ਅੱਗੇ ਹੁੰਦੇ ਨੇ ਕਈ ਵਾਰੀ। ਗੁਰੂ ਹਰਗੋਬਿੰਦ, ਇਹ ਬਦਲੀ ਸੋਢੀ ਸੇਠ ਗੋਪਾਲ ਦੋਵਾਂ ਸਿੱਖਾਂ ਨੇ ਪ੍ਰਸ਼ਨ ਕੀਤਾ, ਸਤਿਗੁਰੂ ਇਹੋ ਜਿਹਾ ਸਮਾਂ ਬਣ ਜੇ ਵੀ ਕੋਈ ਆਪ ਅੱਗੇ ਹੋਵੇ, ਚੁਸਤ ਹੋ ਕੇ ਸਾਨੂੰ ਪਿੱਛੇ ਕਰੇ, ਹੈ ਸਿੱਖੀ ਹੈ ਤੁਹਾਡਾ? ਜਾਂ ਗਰੀਬ ਨਵਾਜ ਸੱਚੇ ਪਾਤਸ਼ਾਹ ਬਈ ਹਰ ਗੱਲ ਤੇ ਸਾਨੂੰ ਪਾਸੇ, ਉਹਦੇ ਨਾਲ ਕਿਵੇਂ ਵਰਤੀਏ? ਲੜੀਏ, ਝਗੜੀਏ? ਤੁਸੀਂ ਹੈਰਾਨ ਹੋਵੋਗੇ ਸੁਣ ਕੇ। ਗਾ ਕੇ ਪੜ ਲਓ, ਚਲੋ ਟਾਈਮ ਨਾ ਜ਼ਿਆਦਾ ਲੱਗ ਜੇ, ਫਿਰ ਆਪ ਜੀ ਘੜੀ ਤਾਂ ਜਾਈ ਜਾ ਰਹੀ ਹੈ। ਮੈਂ ਉਹ ਜੀ ਬੋਲ ਦੇਣਾ, ਫਿਰ ਇੱਧਰ ਸ਼ੁਰੂ ਹੋ ਗਏ, ਫਿਰ 10 ਮਿੰਟ ਲੱਗ ਜਾਣੇ। ਉਹਦੇ ਨਾਲ ਝਗੜੀਏ? ਮੈਂ ਜਿਹੜੀ ਪੜ੍ਹੀ ਨਾ ਗੱਲ, ਮੈਂ ਆਪ ਹਿੱਲ ਗਿਆ ਸਾਧਸੰਗ, ਆਪ ਹਿੱਲ ਗਿਆ। ਸਤਿਗੁਰੂ ਜਿਹੜਾ ਸਿੱਖ ਸਾਨੂੰ ਪਿੱਛੇ ਛੱਡ ਕੇ ਅੱਗੇ ਆਵੇ, ਜਿਹੜਾ ਇੰਜ ਅੱਗੇ ਅੱਗੇ ਆਪ ਵਧੇ, ਸਾਨੂੰ ਪਾਸੇ ਕਰੇ ਜਾਂ ਕਲਪਨਾ ਜੀ ਪਾਵੇ, ਉਦੋਂ ਕਿਵੇਂ ਵਰਤੀ ਉਹਦੇ ਨਾਲ? ਮਹਾਰਾਜ ਨੇ ਪਤਾ ਕੀ ਜਵਾਬ ਦਿੱਤਾ? ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਦੀ ਸਾਖੀ, ਬਦਲੀ ਸੋਢੀ ਤੇ ਸੇਠ ਗੋਪਾਲ। ਸਤਿਗੁਰੂ ਕਹਿੰਦੇ ਗੁਰ ਸਿੱਖ ਤੇ ਹਾਰਨ ਸਦਾ। ਆਖੋ ਸਤਨਾਮ। ਬੜੀ ਕਮਾਲ ਦੀ ਗੱਲ ਜੀ, ਛੋਟੀ ਗੱਲ ਨਾ ਸਮਝਿਓ। ਗੁਰ ਸਿੱਖ ਤੇ ਹਾਰਨ ਸਦਾ, ਤਿੰਨ ਤੇ ਜੀਤ ਨਾ ਚਾਹੂ ਕਦਾ। ਬਾਹਰਲੀ ਦੁਨੀਆ ਚ ਕੋਈ ਮੁਕਾਬਲਾ, ਖੇਡਾਂ ਦਾ ਕੋਈ ਮੁਕਾਬਲਾ, ਕਬੱਡੀ ਦਾ ਮੁਕਾਬਲਾ, ਉੱਥੇ ਹਿੰਮਤ ਕਰੋ, ਜਿੱਤ ਕੇ ਖੁਸ਼ ਹੋਣਾ। ਪਰ ਕਿਸੇ ਸਿੱਖ ਨੇ ਤੁਹਾਨੂੰ ਪਿੱਛੇ ਕਰਤਾ, ਕਿਸੇ ਸਿੱਖ ਨਾਲ ਕੋਈ ਗੱਲ ਹੋਈ, ਉੱਥੇ ਹਾਰ ਕੇ ਖੁਸ਼ ਹੋਣਾ। ਗੁਰਸਿੱਖ ਤੇ ਹਾਰਨ ਸਦਾ, ਗੱਜ ਕੇ ਆਖੋ ਸਤਨਾਮ। ਤਿੰਨ ਤੇ ਜੀਤ ਨਾ ਚਾਹੂ ਕਦਾ, ਇਹਦੇ ਤੋਂ ਕੀ ਅੰਦਾਜ਼ਾ ਲਾਓਗੇ? ਸਤਿਗੁਰੂ ਕਹਿੰਦੇ ਖੇਮਾ ਵਾਲਾ ਸੁਭਾਅ ਰੱਖ, ਉਹ ਸਿੱਖ ਸਿੱਖ ਕੋਲੋਂ ਹਾਰ ਕੇ ਖੁਸ਼ ਹੋਵੇ। ਕਹਿ ਦਿਓ ਗੱਜ ਕੇ ਸਤਨਾਮ। ਕਿੱਡੀ ਬੜੀ ਸ਼ਾਂਤੀ ਹੈ! ਗੁਰਸਿੱਖ ਤੇ ਹਾਰਨ ਸਦਾ, ਤਿੰਨ ਤੇ ਜੀਤ ਨਾ ਚਾਹੂ ਕਦਾ।
ਉਹ ਸਿੱਖ ਨੇ ਸਿੱਖ ਕੋਲੋਂ ਨਹੀਂ ਜਿੱਤਣਾ, ਮੁਕਾਬਲੇ ਕਰਨੇ, ਸਿੱਖ ਨੇ ਸਿੱਖ ਨਾਲ ਲੜ ਕੇ ਨਹੀਂ ਕੋਈ ਨੰਬਰ ਬਣਾਉਣੇ, ਹਾਰ ਕੇ ਖੁਸ਼ ਹੋਣਾ। ਆਖੋ ਸਤਨਾਮ। ਜਿਹੜਾ ਮੇਰਾ ਸਿੱਖ ਸਿੱਖ ਕੋਲੋਂ ਹਾਰ ਕੇ ਖੁਸ਼ ਹੁੰਦਾ ਨਾ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਉੱਥੇ ਫਿਰ ਗੁਰੂ ਨਾਨਕ ਦੇ ਘਰ ਦੀ ਤਾਕਤ ਉਹਦੀ ਝੋਲੀ ਚ ਆ ਜਾਂਦੀ। ਕਹਿੰਦੇ ਗੱਜ ਕੇ ਸਤਨਾਮ। ਇਹ ਜਿੰਨੀਆਂ ਸੰਗਤਾਂ, ਇਹ ਚੌਥਾ ਸੁਭਾਅ ਸੀ ਮਾਤਾ ਸਾਹਿਬ ਕੌਰ ਜੀ ਦਾ, ਖੇਵਾਂ ਵਾਲਾ ਸੁਭਾਅ। ਮੈਨੂੰ ਇੱਕ ਗੱਲ ਕਹਿਣ ਦੇਣੀ ਹੈ ਵੀ ਇਹ ਛੇਵੇਂ ਪਾਤਸ਼ਾਹ ਦੇ ਬੱਚਨ ਨੇ, ਛੇਵੇਂ ਪਾਤਸ਼ਾਹ ਨੇ ਵਿਸ਼ਨੂੰ ਜੀ ਦਾ ਜ਼ਿਕਰ ਕੀਤਾ ਸੂਰਜ ਪ੍ਰਕਾਸ਼। ਮਹਾਰਾਜ ਕਹਿੰਦੇ ਵਿਸ਼ਨੂੰ ਜੀ ਦਾ ਵੀ ਸੁਭਾਅ ਨਿਮਰਤਾ ਵਾਲਾ ਸੀ। ਇਹ ਆਪਣਾ ਸੂਰਜ ਪ੍ਰਕਾਸ਼ ਛੇਵੇਂ ਪਾਤਸ਼ਾਹ ਦੇ ਬੱਚਨ ਲਿਖਦੇ ਵੀ ਵਿਸ਼ਨੂੰ ਜੀ ਦਾ ਵੀ ਸੁਭਾਅ ਖਿਮਾ ਵਾਲਾ ਸੀ, ਨਿਮਰਤਾ ਵਾਲਾ ਸੀ, ਤੇ ਦੇਵਤਿਆਂ ਚ ਸਭ ਤੋਂ ਜ਼ਿਆਦਾ ਸਤਿਕਾਰ ਉਹਨਾਂ ਦਾ। ਛੇਵੇਂ ਪਾਤਸ਼ਾਹ ਨੇ ਉਹ ਦੋਵਾਂ ਸਿੱਖਾਂ ਨੂੰ ਸੁਣਾਇਆ। ਫਿਰ ਮਹਾਰਾਜ ਨੇ ਸਾਖੀ ਸੁਣਾਈ, ਸੂਰਜ ਪ੍ਰਕਾਸ਼ ਲਿਖਿਆ ਜੀ ਕਿ ਭ੍ਰਿੰਗੀ ਲਿਖੀ ਹੋਇਆ, ਵਿਸ਼ਨੂੰ ਜੀ ਲੰਮੇ ਪਏ ਸੀ, ਲੇਟੇ ਸੀ, ਵੈਸੇ ਅੱਖ ਮਿੱਟੀ ਹੋਈ ਸੀ, ਤੇ ਉਹਨੇ ਭ੍ਰਿੰਗੀ ਲਿਖੀ ਨੇ ਨਾ ਲੱਤ ਮਾਰੀ ਜ਼ੋਰ ਨਾਲ ਵੀ ਇਹਨਾਂ ਨੂੰ ਗੁੱਸਾ ਚੜਾਉਣਾ। ਆਖੋ ਸਤਨਾਮ। ਭ੍ਰਿੰਗੀ ਲਿਖੀ ਨੇ ਲੱਤ ਮਾਰੀ ਜ਼ੋਰ ਨਾਲ ਵਿਸ਼ਨੂੰ ਜੀ ਨੂੰ, ਇਹਨਾਂ ਨੂੰ ਗੁੱਸਾ ਚੜਾਉਣਾ ਜਾਂ ਕੁਝ ਵੀ ਗੱਲ। ਤੇ ਵਿਸ਼ਨੂੰ ਜੀ ਨੂੰ ਜਦੋਂ ਲੱਤ ਵੱਜੀ, ਅੱਖਾਂ ਖੋਲੀਆਂ, ਵੇਖਿਆ ਭ੍ਰਿੰਗੀ ਲਿਖੀ ਨੇ ਲੱਤ ਮਾਰੀ, ਗੁੱਸਾ ਨਾ ਕਰਿਓ, ਜਮਨਾ ਪਾਰ ਵਾਲਿਓ, ਆਪਣੇ ਵਰਗਾ ਆਉਂਦਾ ਟਾਂ ਠਾਂ ਕਰ ਦੇਣਾ ਸੀ। ਆਖੋ ਸਤਨਾਮ। ਆਪਣੇ ਵਰਗਾ ਆਉਂਦਾ ਕਰ ਦੇਣਾ ਸੀ ਤਾਂ ਡਾਓ, ਤੇਰੀ ਐਸੀ ਤੂੰ ਮੈਨੂੰ ਜਾਣਦਾ ਨਹੀਂ। ਆਖੋ ਸਤਨਾਮ। ਇੱਧਰ ਵੇਖ ਲੋ, ਭ੍ਰਿੰਗੀ ਰਿਖੀ ਨੇ ਲੱਤ ਮਾਰੀ ਵਿਸ਼ਨੂੰ ਜੀ ਨੂੰ, ਤੇ ਵਿਸ਼ਨੂੰ ਜੀ ਨੇ ਉਹਦਾ ਪੈਰ ਫੜ ਲਿਆ, ਤੇ ਪੈਰ ਫੜ ਕੇ ਕਹਿੰਦੇ ਅੱਜ ਮੈਂ ਧਨ ਹੋ ਗਿਆ, ਅੱਜ ਮੈਂ ਧਨ ਹੋ ਗਿਆ। ਉਹ ਕਹਿੰਦੇ ਜੀ ਧਨ ਕਿਵੇਂ ਹੋ ਗਏ? ਕਹਿੰਦੇ ਇੱਕ ਬ੍ਰਾਹਮਣ ਦੇ, ਬ੍ਰਾਹਮਣ ਸਨ ਭ੍ਰਿੰਗੀ ਰਿਖੀ, ਇੱਕ ਬ੍ਰਾਹਮਣ ਦੇ ਇੱਕ ਰਿਖੀ ਦੇ ਚਰਨ ਅੱਜ ਮੇਰੇ ਸਰੀਰ ਨਾਲ ਲੱਗ ਗਏ, ਮੈਂ ਧਨ ਹੋ ਗਿਆ। ਕਹਿ ਦਿਓ ਗੱਜ ਕੇ ਸਤਨਾਮ। ਵਿਸ਼ਨੂੰ ਜੀ ਦਾ ਸਾਰੇ ਦੇਵਤਿਆਂ ਚੋਂ ਜ਼ਿਆਦਾ ਸਤਿਕਾਰ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਦੋਵਾਂ ਸਿੱਖਾਂ ਨੂੰ ਇਹ ਜ਼ਿਕਰ ਸੁਣਾਇਆ, ਕਿਉਂ? ਉਹਨਾਂ ਦੇ ਕੋਲ ਨਿਮਰਤਾ ਸੀ। ਆਖੋ ਸਤਨਾਮ। ਉਹਨਾਂ ਕੋਲ ਖਿਮਾ ਵਾਲਾ ਸੁਭਾਅ ਸੀ। ਕਹਿ ਦਿਓ ਗੱਜ ਕੇ ਸਤਨਾਮ। ਇਹ ਜਿੰਨੀਆਂ ਸੰਗਤਾਂ ਬੈਠੀਆਂ ਜੀ, ਬੁਰੇ ਨਾਲ ਸਭ ਬੁਰੀ ਕਰਿੰਦੇ, ਮਾਫ਼ ਕਰਨ ਕਈ ਸਿਆਣੇ, ਬੁਰੇ ਨਾਲ ਵੀ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਆਖੋ ਸਤਨਾਮ। ਦੁਨੀਆ ਤੁਹਾਡੇ ਦਿਮਾਗ ਨਾਲ ਨਹੀਂ ਚੱਲ ਸਕਦੀ, ਮਤ ਜਾਣੋ ਦੁਨੀਆ ਸਾਡੇ ਦਿਮਾਗ ਨਾਲ ਚੱਲੇ, ਇਹੋ ਜਿਹੇ ਮਸਲੇ ਨੇ। ਇਹਨੇ ਮੇਰੀ ਕਿਉਂ ਨਹੀਂ ਮੰਨੀ? ਆਖੋ ਸਤਨਾਮ। ਹੋਰ ਘਰਾਂ ਚ ਕੀ ਮਸਲੇ ਨੇ? ਇੱਥੋਂ ਹੀ ਸਾਰੇ ਮਨ ਖਰਾਬ ਹੁੰਦੇ। ਮੇਰੀ ਮੰਨੀ ਜਾਣੀ ਚਾਹੀਦੀ, ਬਸ ਈਗੋ ਜਿਹੜੀ ਨੇ, ਈਗੋ ਬਣੀ ਪਈ ਹੈ, ਉਹ ਸਾਰੀ ਬਿਪਤਾ ਦਾ ਘਰ ਹੈ। ਆਖੋ ਸਤਨਾਮ। ਇਹ ਚੌਥਾ ਸੁਭਾਅ ਮਾਤਾ ਸਾਹਿਬ ਕੌਰ ਜੀ ਦਾ, ਖਿਮਾ ਦਾ ਸੁਭਾਅ। ਤੇ ਪੰਜਵਾਂ ਸੁਭਾਅ, ਆਹਾ, ਇਹ ਰਾਈਟਰਾਂ ਨੇ ਲਿਖਿਆ, ਬੰਦਗੀ ਦੀ ਮੂਰਤ ਸਨ। ਗੱਜ ਕੇ ਆਖੋ ਸਤਨਾਮ। ਬੰਦਗੀ ਦੀ ਮੂਰਤ, ਹੁਣ ਭੁੱਲਿਓ ਨਾ ਜੀ, ਪਹਿਲਾ ਸੁਭਾਅ ਸੰਜਮੀ ਮਾਤਾ ਜੀ ਦਾ, ਦੂਜਾ ਹੰਸੂ ਚਿਹਰਾ, ਤੀਜਾ ਮਿਲਾਪੜਾ, ਚੌਥਾ ਖੇਮਾ ਦਾ ਸੁਭਾਅ, ਪੰਜਵਾਂ ਬੰਦਗੀ ਦੀ ਮੂਰਤ। ਹੁਣ ਮੈਂ ਵੇਰਵਾ ਨਹੀਂ ਦੇਣਾ। 1:15 ਦਾ ਨੇਮ ਸੀ ਮਾਤਾ ਜੀ ਦਾ, ਆਖੋ ਸਤਨਾਮ। ਸਵੇਰੇ 6:30-6:07 ਤੱਕ ਚੌਂਕੜਾ ਸੀ, ਭੋਰਾ ਉੱਥੇ ਬਣਿਆ ਹੋਇਆ, ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਕੇ ਅੰਨ ਦਾ ਦਾਣਾ ਮੂੰਹ ਨੂੰ ਲਾਉਂਦੇ ਸੀ। ਇਹ ਸੂਰਜ ਪ੍ਰਕਾਸ਼ ਲਿਖਿਆ, ਜੇ ਕਿਸੇ ਕਾਰਨ ਤੇ ਦਰਸ਼ਨ ਨਾ ਹੋਏ, ਮਾਰੇ ਕਿਤੇ ਚਲੇ ਗਏ, ਜੇ ਕਿਸੇ ਕਾਰਨ ਤੇ ਦਰਸ਼ਨ ਨਾ ਹੋਏ, ਉਸ ਦਿਨ ਖਾਏ ਆਹਰ ਨਾ ਕੋਏ। ਉਸ ਦਿਨ ਮਾਤਾ ਜੀ ਛਕਦੇ ਨਹੀਂ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਮੈਨੂੰ ਦਰਸ਼ਨ ਨਹੀਂ ਹੋਏ। ਆਖੋ ਸਤਨਾਮ। ਐਡਾ ਤਕੜਾ ਚੌਂਕੜਾ, 1 to 7 ਗੱਜ ਕੇ ਕਹਿ ਦਿਓ ਸਤਨਾਮ। ਇਹ ਅੰਦਾਜ਼ਾ ਹੈ, ਇਹ ਜਿਹੜਾ ਗਿਆਨੀ ਠਾਕੁਰ ਸਿੰਘ ਜੀ ਕਹਿ ਗਏ, ਸਹੀ ਕਹਿ ਗਏ ਆਪ ਜੀ ਨੂੰ, ਕਿ ਕਮਾਈ ਤੋਂ ਬਿਨਾਂ ਗੱਲ ਨਹੀਂ ਬਣਦੀ। ਕੋਈ ਕਹਿੰਦਾ ਜੀ ਗਿਣਤੀ ਕਿਉਂ ਕਰਦੇ, ਆਹ ਕਿਉਂ ਕਰਦੇ, ਉਹਦੇ ਬਿਨਾਂ ਗੱਲ ਨਹੀਂ ਬਣਦੀ। ਤੇ ਹੁਣ